हथ ते धर के नसीरां दे मत्थे नूं लाती ओने नाल ही कपाट खुल गया। खो सतनाम वाहेगुरु। नसीरां दे मत्थे नूं चरण धूड़ लाती हथ जुड़ गए। हुण की होया? कहिंदी मैं भागां वाली हाँ। क्यों? क्योंकि मेरे दो पुत्र कौम वास्ते शहीद होए। एडी छेती असर हो गया। चरण धूड़ विच बड़ी वड्डी ताकत हुंदी है। जदों आपां नमस्कार करदे आ ना जिहड़ी जगह ते उत्थे संगत दी चरण धूड़ पई हुंदी है। जदों मत्था टेकना मस्तक धरती नाल लगे साडा चरण धूड़ मत्थे नाल लगदी है जिहदे नाल साडे पुठे लेक सीधे हुंदे ने। धूड़ी विच ताकत है। पीर बुद्धू शाह दी घर वाली नसीरां कहिंदी मैनूं भी दर्शन कराओ। गुरु गोबिंद सिंह को लैके गया। जदों वेख्या महाराज दा दरबार सजिया संगतां बैठियां ने रौनकां लगियां ने। नसीरां ते अज पहली वारी गई सी। जदों कीते दर्शन ठाकुर तुम सरनाई आया। उतर गयो मेरे मन का संसा जब ते दर्शन पाया। पहली हरी गई। प्यारे जी संसा मेरा दूर हो गया। प्यारे जी संसा मेरा दूर हो गया। बोलो सारे बाबा। प्यारे जी संसा मेरा दूर हो गया। संसा मेरा दूर हो गया। बोलो वाह वाह सारे पढ़ो। हाँ प्यार जब ते दर्शन पाया। जब ते दर्शन पाया। जब ते दर्शन पाया तेरा दर्शन पाया। प्यारे जी संसा मेरा दूर हो गया। प्यारे जी संसा मेरा दूर हो गया। कीते दर्शन ठाकुर तुम सरनाई आया। उतर गयो मेरे मन का संसा जब ते दर्शन पाया। जैसा सुनया कलगिया वाला डिठा नाल अखियां। सुनया कलगिया वाला डिठा नाल अखियां।
ਨਸੀਰਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਉਸ ਦਿਨ ਤੋਂ ਮਹਾਰਾਜ ਦੀ ਮੂਰਤ ਹਿਰਦੇ ਵਸ ਗਈ। ਧਿਆਨ ਦਿਓ, ਮਹਾਰਾਜ ਦੀ ਮੂਰਤ ਹਿਰਦੇ ਵਸਾਲੀ, ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪਦੀ ਹੈ, ਸਤਿਗੁਰਾਂ ਦੀ ਮੂਰਤ ਹਿਰਦੇ ਵਸ ਗਈ, ਯਾਦ ਕਰਦੀ ਹਰ ਸਮੇਂ ਮਹਾਰਾਜ ਨੂੰ। ਸਮਾਂ ਲੰਘਦਾ ਗਿਆ, ਪੀਰ ਬੁੱਧੂ ਸ਼ਾਹ ਉਹਦੇ ਘਰ ਵਾਲੀ ਬੀਬੀ ਨਸੀਰਾਂ ਤੇ ਨਸੀਰਾਂ ਦਾ ਭਰਾ ਸੀ ਸੈਦ ਖਾਂ ਜਰਨੈਲ। ਇੱਕ ਵਾਰੀ ਕਹਿਲੂਰ ਦੇ ਵਿੱਚ ਮੀਟਿੰਗ ਹੋਈ, ਮੈਂ ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ 'ਚ, ਗੁਰੂ ਗੋਬਿੰਦ ਸਿੰਘ ਦੀ ਕੀ ਈਰਖਾ ਸੀ ਕਿਸੇ ਨਾਲ, ਕਾਹਦਾ ਝਗੜਾ ਸੀ? ਉਹ ਰਾਜੇ ਮਹਾਰਾਜੇ ਵੇਖ ਕੇ ਚੱਲ ਨਹੀਂ ਸੀ ਸਕਦੇ। ਕਹਿਲੂਰ ਵਿੱਚ ਰਾਜੇ ਬੈਠੇ ਇਕੱਠੇ ਹੋਏ, ਜਿਵੇਂ ਮੰਤਰੀਆਂ ਦੀ ਮੀਟਿੰਗ ਹੁੰਦੀ ਹੈ ਨਾ, ਰਾਜਿਆਂ ਦੀ ਮੀਟਿੰਗ ਹੁੰਦੀ ਸੀ ਪਹਿਲੇ ਸਮਿਆਂ 'ਚ। ਕਹਿਲੂਰ ਵਿੱਚ ਮੀਟਿੰਗ ਰੱਖੀ ਗਈ, ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਹੋ ਰਿਹਾ ਹੈ। ਇੱਕ ਆਇਆ ਪਹਿਰੇਦਾਰ, ਇੱਕ ਆਇਆ ਸੂਈਆ, ਉਹਦੇ ਹੱਥ ਵਿੱਚ ਤਲਵਾਰ ਫੜੀ ਹੋਈ ਹੈ, ਸੂਹ ਲੈ ਕੇ ਆਇਆ। ਕੀ ਆ ਕੇ ਕਹਿਣ ਲੱਗਾ, ਇੱਥੇ ਬੈਠੇ ਹੋ ਇੰਨੇ ਜਣੇ ਇਕੱਠੇ ਹੋਏ, ਜਿੰਨੇ ਤੁਸੀਂ ਅੱਜ ਇਕੱਠੇ ਹੋਏ ਹੋ ਸੈਂਕੜੇ ਗਿਣਤੀ ਤੁਹਾਡੀ ਹੋਰ ਹੋ ਜਾਵੇ, ਪਰ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਨਹੀਂ ਕਰ ਸਕਦੇ। ਕਿਉਂ? ਜਾ ਕੇ ਵੇਖੋ ਤੇ ਸਹੀ, ਆਨੰਦਪੁਰ ਸਾਹਿਬ ਦੀ ਧਰਤੀ, ਰੌਣਕਾਂ ਲੱਗ ਗਈਆਂ, ਸਤਲੁਜ ਦੇ ਕੰਢੇ ਤੇ ਮਰ ਨੇ ਆਨੰਦਪੁਰ ਬਣਾਇਆ। ਆ ਕੇ ਸੂਈਏ ਨੇ ਖਬਰ ਦਿੱਤੀ, ਕੀ ਆਖਿਆ ਸੀ ਸਾਰੇ ਪੜ੍ਹਿਓ ਗੱਜ ਕੇ, ਰਾਜੇ ਮਹਾਰਾਜੇ ਸਾਰੇ ਬੈਠੇ ਨੇ ਤੇ ਸੂਈਏ ਨੇ ਆਨੰਦਪੁਰ ਦੀ ਖਬਰ ਸੁਣਾਈ। ਆ ਕੇ ਕੋਈ ਹੀਲਾ ਕਰੋ ਹਾਈ, ਗੁਰੂ ਗੋਬਿੰਦ ਸਿੰਘ ਦੀ ਤਾਕਤ ਤੇ ਵੱਧਦੀ ਜਾ ਰਹੀ ਹੈ, ਲੜਾਈ ਸੱਚ ਝੂਠ ਦੀ ਸਿਰਫ, ਹੋਰ ਗੱਲ ਕੁਛ ਵੀ ਨਹੀਂ ਵਿੱਚੋਂ। ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਹੁਣ ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਹੁਣ ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, 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 ਹੁਣ ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਬੋਲੋ ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਆਨੰਦਪੁਰ ਸਾਹਿਬ ਹੁਣ ਆਨੰਦਪੁਰ ਸਾਹਿਬ ਬਣ ਗਿਆ, ਉੱਥੇ ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ, ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ, ਉੱਥੇ ਗੱਤਕਾ ਖੇਡਣ ਸੂਰਮੇ, ਉੱਥੇ ਫੌਜਾਂ ਇਕੱਠੀਆਂ ਹੋ ਗਈਆਂ, ਕਿਉਂ ਪੈਰੇ ਠੰਡੇ,